हेलो। हाँ जी, सत श्री अकाल जी। होर ठीक ठाक ही? सारे वधिया। ते आपां ने थोड़े लई कल वीडियो पाई सीगी भी हुण जिवें 5 जुलाई तो कानून चेंज हो रहा भी, जिवें पहला 31 अगस्त थाई सीगा जिन्हां दियां परमैसो दियां सियोर नूं इंडिया खत्म हो गईआं, ते उहनां पर रिचे बुते भी नहीं सीगे उहनां लई भी, उह जिहड़ा ई हुण इहनां ने 5 जुलाई तो यह चेंज करन लगे आ कानून। ਅਤੇ ਉਹਦੇ ਵਿੱਚ ਜਿਹੜੀ ਵੀਡੀਓ ਸੀਗੀ ਉਹਦੇ 'ਚ ਕਈ ਵੀਰਾਂ ਦੇ ਮੈਸੇਜ ਆਏ ਅਤੇ ਉਹ ਪੁੱਛ ਰਹੇ ਸੀਗੇ ਵੀ ਇਹਦਾ ਕਿਆ ਪ੍ਰੋਸੈਸ ਆ, ਵੀ ਸਾਰਾ ਇਹਦੇ 'ਚ ਫੀਸ ਕਿੰਨੀ ਆ ਅਤੇ ਇਹ ਪ੍ਰੋਸੈਸ ਕਿਵੇਂ ਤੁਸੀਂ ਅਪਲਾਈ ਕਰਨਾ ਜੀ, ਵੀ ਕਿਹੜੇ ਇਹਦੇ 'ਚ ਪੇਪਰ ਚਾਹੀਦੇ ਆ। ਉਹ ਸਾਰੇ ਜਿਹੜੇ ਤੁਹਾਡੇ ਕਮੈਂਟ ਆਏ ਸੀਗੇ ਜੀ ਉਹਨਾਂ ਦੇ ਜਿਹੜੇ ਜਵਾਬ ਆ ਉਹ ਤੁਹਾਨੂੰ ਇਹ ਵੀਡੀਓ 'ਚ ਮਿਲ ਜਾਣੇ ਜੀ। ਇਹ ਵੀਡੀਓ 'ਚ ਸਾਰੇ ਤੁਹਾਡੇ ਉਹਦੇ ਨਾਲ ਰਿਲੇਟਡ ਸਾਰੇ ਸਵਾਲਾਂ ਦੇ ਆਂਸਰ ਹੋਣਗੇ ਵੀਡੀਓ 'ਚ। ਅਤੇ ਹੁਣ ਤੁਹਾਨੂੰ ਦੱਸਦੇ ਜੀ, ਤੁਸੀਂ ਸਭ ਤੋਂ ਪਹਿਲਾਂ ਜੀ ਇਹਦੇ 'ਚ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਜਿਹੜੀ ਇਹ ਨੋਰਮਲ ਬ੍ਰਾਂਚ ਆ ਇਹ ਇੱਕ ਤਰ੍ਹਾਂ ਦੀ ਐਮਐਸਸੀ ਵਾਲਿਆਂ ਦਾ ਕਨੈਕਟ ਆ ਇਹਨਾਂ ਨਾਲ, BFS ਗਲੋਬਲ ਭਰਨਾ ਜੀ ਉੱਤੇ ਜਾ ਕੇ ਆਪਣੇ ਗੂਗਲ 'ਚ ਜਾ ਕੇ ਤੁਸੀਂ ਅਤੇ ਸਰਚ ਮਾਰ ਦੇਣੀ ਅਤੇ ਉਸ ਤੋਂ ਬਾਅਦ ਹੀ ਤੁਹਾਨੂੰ ਇੱਦਾਂ ਦੀ ਆਪਸ਼ਨ ਆ ਜਾਣੀ ਆ, ਪਹਿਲੀ ਆਪਸ਼ਨ ਖੁੱਲ੍ਹ ਜਾਣੀ ਇੱਦਾਂ ਦੀ। ਅਤੇ ਇਹਦੇ ਵਿੱਚ ਕਈ ਆਪਸ਼ਨ ਆਉਂਦੀਆਂ ਜੀ, ਇਹਦੇ ਵਿੱਚ ਆਹ ਦੇਖੋ ਜੀ ਬਹੁਤ ਸਾਰੀਆਂ ਆਪਸ਼ਨ ਆਉਣੀਆਂ, ਇਹਦੇ ਵਿੱਚੋਂ ਤੁਸੀਂ ਰੀਐਂਟਰੀ 'ਤੇ ਕਲਿੱਕ ਕਰ ਦੇਣਾ। ਆਹ ਦੇਖੋ ਜੀ ਮੈਂ ਰੀਐਂਟਰੀ 'ਤੇ ਕਲਿੱਕ ਕੀਤਾ ਹੋਇਆ ਨਾ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਤੁਹਾਨੂੰ ਇੱਦਾਂ ਦੀ ਆਪਸ਼ਨ ਖੁੱਲ੍ਹ ਜਾਣੀ। ਅਤੇ ਹੁਣ ਆਪਾਂ ਦੇਖਦੇ ਹਾਂ ਜੀ ਵੀ ਫੀਸ ਦਾ ਪ੍ਰੋਸੈਸ ਦੱਸਦੇ ਹਾਂ ਜੀ ਤੁਹਾਨੂੰ ਪਹਿਲਾਂ। ਆਹ ਦੇਖੋ ਜੀ ਆਪਣੇ ਇਟਲੀ ਲਈ ਵੀ ਆਪਾਂ ਨੂੰ ਰੀਐਂਟਰੀ ਵੀਜ਼ਾ ਥੱਲੇ ਓਵਰਵਿਊ 'ਚ ਇਹਨਾਂ ਨੇ ਇੱਦਾਂ ਹੀ ਲਿਖਿਆ ਹੋਇਆ ਸਾਰਾ, ਇਹ ਸਾਰਾ ਤੁਸੀਂ ਪੜ੍ਹ ਸਕਦੇ ਹਾਂ। ਅਤੇ ਵੀਡੀਓ ਲੰਬੀ ਨਾ ਹੋਣ ਕਰਕੇ ਵੀ ਮੈਂ ਤੁਹਾਨੂੰ ਛੇਤੀ ਛੇਤੀ ਦੱਸ ਸਕਦਾ ਜੀ ਇਹ 'ਚ ਮੋਟਾ ਮੋਟਾ ਵੀ ਇਹਦੇ 'ਚ ਤੁਹਾਨੂੰ ਫੀਸ ਕਿੰਨੀ ਹੋਊਗੀ, ਇਹਦੇ 'ਚ ਤੁਹਾਡੀ ਜਿਹੜੀ ਰੀਐਂਟਰੀ ਵੀਜ਼ਾ ਉਹਦੀ ਫੀਸ ਦੇਖਦੇ ਹਾਂ ਜੀ। ਆਹ ਦੇਖੋ ਜੀ ਆਹ ਦੂਜੇ ਨੰਬਰ 'ਤੇ ਫੀਸ ਆ ਗਈ, ਆਹ ਦੇਖੋ ਜੀ ਇਹਦੀ ਫੀਸ ਹੈਗੀ ਆ ਜੀ, ਜੇ ਆਪਾਂ ਯੂਰੋਆਂ 'ਚ ਲਾਈਏ ਤਾਂ 116 ਯੂਰੋ ਫੀਸ ਹੈ ਇਹਦੀ, ਅਤੇ ਆਪਾਂ ਇੰਡੀਅਨ ਕਰੰਸੀ ਚਲਾਈਏ ਤਾਂ ਰੁਪਈਆਂ ਚਲਾਈਏ ਤਾਂ 9230 ਇਹਦੀ ਇੰਡੀਅਨ ਰੁਪਈਆਂ 'ਚ ਫੀਸ ਹੋਊਗੀ। ਅਤੇ ਇਸ ਤੋਂ ਬਾਅਦ ਹੀ ਆਪਾਂ ਅਗਲੀ ਆਪਸ਼ਨ ਪੇਪਰਾਂ ਦੀ ਰਿਕੁਆਇਰਮੈਂਟ, ਇਹਦੇ 'ਚ ਹੀ ਹੁਣ PDF ਵੀ ਮੇਰੇ ਪਾ ਆ ਜਾਣਾ। ਮੈਂ ਪਹਿਲਾਂ ਦੇਖਿਆ ਸੀਗਾ ਸਾਰਾ, ਮੈਂ ਸਾਰਾ ਪੜ੍ਹਨ ਤੋਂ ਬਾਅਦ ਹੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਿਹਾ ਇਹ ਵੀਡੀਓ। ਅਤੇ ਜੇ ਮੇਰੇ ਵੀਰ ਨੂੰ ਕਿਸੇ ਨੂੰ ਇਹ PDF ਵੀ ਚਾਹੀਦੇ ਹੋਏ ਤਾਂ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਓ, ਵੀਡੀਓ ਦੇ ਸ਼ੁਰੂ 'ਚ ਆਪਣਾ ਨੰਬਰ ਆਇਆ ਸੀਗਾ ਜੀ ਵਟਸਐਪ ਦਾ। ਅਤੇ ਆਹ ਹੁਣ ਮੈਂ ਤੁਹਾਨੂੰ ਖੋਲ੍ਹ ਕੇ ਵੀ ਦਿਖਾਉਂਦਾ ਜੀ ਜਿਹੜਾ PDF ਸੀਗਾ ਇਹਦੇ 'ਚ ਪੇਪਰਾਂ ਦੀ ਰਿਕੁਆਇਰਮੈਂਟ ਆਪਾਂ ਨੇ ਪਹਿਲਾਂ ਹੀ ਆਲਰੇਡੀ ਕੀਤਾ ਜੀ ਡਾਊਨਲੋਡ। ਆਹ ਦੇਖੋ ਜੀ ਹੁਣ ਖੁੱਲੂਗਾ ਜੀ, ਹੁਣ ਪੇਪਰਾਂ ਦੀ ਰਿਕੁਆਇਰਮੈਂਟ ਆਊਗੀ ਉਰੇ ਤੁਹਾਡੀ। ਆਹ ਦੇਖੋ ਜੀ ਆਪਣੇ ਤੁਹਾਡੇ ਨੋਰਮਲ ਪੇਪਰ ਹੋਣਗੇ ਜੀ ਇਹਦੇ 'ਚ, ਆਹ ਤੁਹਾਡੀ ਪੇਪਰਾਂ ਦੀ ਆ ਜੀ ਰਿਕੁਆਇਰਮੈਂਟ ਵੀ ਕਿਹੜੇ ਤੁਸੀਂ ਇੱਧਰ ਟਿੱਕ ਮਾਰਕ ਕਰਨਾ ਜੀ ਯੈਸ ਸਰ, ਐਂ ਟਿੱਕ ਮਾਰਕ ਕਰਨਾ ਵੀ ਜਿਹੜੇ ਜਿਹੜੇ ਤੁਹਾਡੇ ਪਾ ਪੇਪਰ ਹੈਗੇ ਆ। ਅਤੇ ਇੱਕ ਇਹਦੇ 'ਚ ਥੱਲੇ ਇਹਨਾਂ ਦਾ ਹੈਗਾ ਜੀ ਐਡਰੈਸ ਵਗੈਰਾ ਸਾਰਾ, ਜਿੱਥੇ ਤੁਸੀਂ ਜਿਵੇਂ ਇਹਨਾਂ ਨਾਲ ਕਨੈਕਟ ਕਰਨਾ ਜਦੋਂ। ਆਹ ਇਹਨਾਂ ਦਾ ਹੈਗਾ ਜੀ ਫੋਨ ਨੰਬਰ, ਆਹ ਫੋਨ ਨੰਬਰ ਆ ਗਿਆ, ਆਹ ਈਮੇਲ ਇਹਨਾਂ ਦੀ ਜੇ ਬਾਈ ਦਾ ਚਾਂਸ ਫੋਨ ਨਹੀਂ ਇਹ ਅਟੈਂਡ ਕਰ ਰਹੇ ਹਜੇ ਤੁਹਾਡਾ ਵੀ ਇਹ ਜਿਹੜਾ ਕਾਨੂੰਨ ਆ ਜੀ ਇਹ 5 ਜੁਲਾਈ ਤੋਂ ਇਹ ਹਜੇ ਪਾਸ ਹੋਣਾ ਵੀ ਮਤਲਬ ਲਾਗੂ ਹੋ ਜਾਣਾ ਜੀ, ਪਾਸ ਹੋ ਗਿਆ ਇਹ ਲਾਗੂ ਹੋ ਜਾਣਾ, ਤੁਹਾਨੂੰ ਜ਼ਰੂਰੀ ਕਰ ਦੇਣਾ ਇਹਨਾਂ ਨੇ ਵੀ ਜਿਹੜੇ ਵੀਰ ਹੁਣ 5 ਜੁਲਾਈ ਤੋਂ ਪਹਿਲਾਂ ਆ ਗਏ ਆ ਸਕਦੇ ਆ ਉਹਨਾਂ ਲਈ ਨਹੀਂ ਹੈਗਾ ਇਹ, ਵੀ 5 ਜੁਲਾਈ ਤੋਂ ਬਾਅਦ ਆਉਣਾ ਜੀ ਜਿਨ੍ਹਾਂ ਨੇ ਉਹਨਾਂ ਲਈ ਆ ਇਹ, ਵੀ ਉਹਨਾਂ ਨੂੰ ਫਿਰ ਰੀਐਂਟਰੀ ਵੀਜ਼ਾ ਲੈਣਾ ਪੈਣਾ ਜਿਨ੍ਹਾਂ ਦੀਆਂ ਹੁਣ ਪਰਮੈਸੋ ਦੀਆਂ ਸਿਓਰ ਨੂੰ ਆ ਵੀ ਖਤਮ ਹੋ ਗਈਆਂ ਉਹਨਾਂ ਲਈ ਆ ਇਹ। ਹਾਂ ਇਹਨਾਂ ਨਾਲ ਤੁਸੀਂ ਐਡਰੈਸ ਕਰ ਸਕਦੇ ਹਾਂ ਜੀ, ਇਹਨਾਂ ਦਾ ਫੋਨ ਨੰਬਰ ਇਹ ਸਾਰਾ ਇਹਦੇ 'ਚ ਫੋਰਮ 'ਚ ਹੈਗਾ, ਇਹਦਾ ਵੀ ਇਹ PDF ਆ, ਉਹ ਪਹਿਲਾਂ ਵਾਲੇ ਦਾ ਵੀ PDF ਸੀਗਾ, ਤੁਸੀਂ PDF ਲੈ ਸਕਦੇ ਹਾਂ ਜੀ ਇਹ, ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਸੈਂਡ ਕਰ ਦੂੰਗਾ।
ਜੇ ਤੁਹਾਨੂੰ ਇਹ PDF ਚਾਹੀਦੇ ਹੋਏ ਜਿਹੜੇ ਵੀਰ ਹੁਣ ਇੰਡੀਆ ਹੀ ਉਹ ਤੁਸੀਂ ਐਂ ਆਪਣਾ PDF ਨਾਲ ਆਪ ਖੁਦ ਦੇਖ ਸਕਦੇ ਹਾਂ। ਅਤੇ ਇਸ ਤੋਂ ਬਾਅਦ ਹੀ ਆਪਾਂ ਥੱਲੇ ਵਾਲੀ ਆਪਸ਼ਨ 'ਤੇ ਚੱਲਦੇ ਹਾਂ। ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਆਪਾਂ ਬੈਕ ਕਰਦੇ ਹਾਂ ਨਾ, ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਹੁੰਦਾ ਤਾਂ ਇਹ ਆਪਸ਼ਨ ਬਦਲ ਜਾਂਦੀ ਆ, ਤੁਸੀਂ ਦੁਬਾਰਾ ਸਿਲੈਕਟ ਕਰਨਾ ਜੀ ਫੇਰ ਜਾ ਕੇ ਵਿੱਚ। ਉੱਪਰ ਮੈਂ ਹੁਣ ਫੇਰ ਸਿਲੈਕਟ ਕਰ ਲਿਆ ਜੀ, ਹੁਣ ਇੱਥੇ ਫੇਰ। ਅਤੇ ਹੁਣ ਇਸ ਤੋਂ ਬਾਅਦ ਹੀ ਆ ਫੋਟੋ ਦਾ ਤੁਹਾਡਾ ਵੀ ਫੋਟੋ ਇਹਨਾਂ ਨੂੰ ਕਿੱਦਾਂ ਦੀ ਤੁਸੀਂ, ਜਿਹੜਾ ਫੋਰਮ ਤੁਹਾਨੂੰ ਮੈਂ ਦਿਖਾਊਂਗਾ ਜੀ ਐਂਡ 'ਚ, ਅਤੇ ਉਹ ਫੋਰਮ ਵੀ ਤੁਸੀਂ ਫਿਲ ਕਰਨਾ ਜਿਹੜਾ ਵੀਜ਼ੇ ਲਈ ਉਹ ਸਾਰਾ। ਅਤੇ ਇੱਦਾਂ ਦੀ ਤੁਹਾਡੀ ਫੋਟੋ ਚਾਹੀਦੀ ਆ ਜੀ, ਬਿਲਕੁਲ ਵੀ ਦੂਰ 'ਤੇ ਨਹੀਂ ਚਾਹੀਦੀ, ਵੀ ਤੁਹਾਡਾ ਫੇਸ ਦੂਰ ਨਹੀਂ ਚਾਹੀਦਾ, ਆ ਤੁਹਾਡਾ ਫੇਸ ਜ਼ਿਆਦਾ ਨੇੜੇ ਵੀ ਨਹੀਂ ਚਾਹੀਦਾ। ਇਹ ਫੋਟੋ 'ਚ ਇਹਨਾਂ ਨੇ ਦੱਸਿਆ ਹੋਇਆ ਵੀ ਇਹ 'ਚ ਧੁੰਦਲੀ ਨਹੀਂ ਹੋਣੀ ਚਾਹੀਦੀ ਫੋਟੋ, ਠੀਕ ਆ ਜੀ। ਆਹ ਟਿੱਕ ਮਾਰਕ ਲਾਏ ਹੋਏ ਜਿਹੜੇ ਤੁਹਾਡੀ ਇੱਦਾਂ ਦੀ ਫੋਟੋ ਚਾਹੀਦੀ ਆ ਜੀ। ਅਤੇ ਆ ਲਾਗ ਫੋਟੋ ਦਾ ਸਾਈਜ਼ ਵੀ ਆ ਸਾਰਾ, ਇਹ ਸਾਈਜ਼ ਦੀ ਤੁਹਾਡੀ ਫੋਟੋ ਹੋਣੀ ਚਾਹੀਦੀ ਆ ਜੀ। 6 ਮੰਥ ਤੋਂ ਜ਼ਿਆਦਾ ਵੀ ਓਲਡ ਨਹੀਂ ਹੋਣੀ ਚਾਹੀਦੀ ਜਿਹੜੀ ਫੋਟੋ ਆ ਤੁਹਾਡੀ। ਅਤੇ ਹੁਣ ਆਪਾਂ ਅਗਲੀ ਆਪਸ਼ਨ 'ਤੇ ਚੱਲਦੇ ਹਾਂ ਜੀ। ਆਹ ਦੇਖੋ ਜੀ, ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਨਾ ਉੱਪਰ ਦੇਖੋ ਜੀ, ਆਹ ਦੇ ਹੁਣ ਜਦ ਮੈਂ ਬੈਕ ਕੀਤਾ ਉਹ ਜਦ ਇਹ ਆਪਸ਼ਨ ਚੇਂਜ ਹੋ ਗਈ। ਅਤੇ ਹੁਣ ਤੁਸੀਂ ਫੇਰ ਆਪਾਂ ਨੇ ਜੀ ਰੀਐਂਟਰੀ 'ਤੇ ਓਕੇ ਕਰਨਾ। ਅਤੇ ਇਸ ਤੋਂ ਬਾਅਦ ਹੀ ਹੁਣ ਲਾਸਟ ਜਿਹੜਾ ਤੁਸੀਂ ਫੋਰਮ ਫਿੱਲ ਕਰਨਾ, ਇਹ ਉਹ ਫੋਰਮ ਆ ਜੀ ਜਿਹੜਾ ਤੁਸੀਂ ਫਿੱਲ ਕਰਨਾ ਹੈ, ਜਿਹੜਾ ਵੀ ਮੇਨ ਫੋਰਮ ਆ ਇਹ, ਉਹ ਆ ਗਿਆ ਜੀ ਹੁਣ। ਇਹਦਾ ਵੀ PDF ਇਹ ਆ ਜੀ, ਇਹ ਤੁਸੀਂ PDF ਇਹ ਵੀ ਲੈ ਸਕਦੇ ਆ। ਇਹ ਸਾਰੇ PDF ਆ ਜੀ ਹੁਣ ਆਪਣੇ ਪਾ, ਮੈਂ ਵਟਸਐਪ ਮੈਂ ਡਾਊਨਲੋਡ ਕੀਤੇ ਹੋਏ ਆ, ਜੇ ਤੁਹਾਨੂੰ ਇਹ PDF ਚਾਹੀਦੇ ਹੋਏ। ਆਹ ਨੋਰਮਲ ਜੀ, ਤੁਸੀਂ ਬਿਲਕੁਲ ਨੋਰਮਲ ਆ, ਜਿਹੜਾ ਸਾਰਾ ਤੁਹਾਡਾ ਬਾਇਓਡਾਟਾ ਤੁਹਾਡਾ ਉਹੀ ਮੰਗਿਆ ਹੋਇਆ ਜੀ ਇਹਨਾਂ ਨੇ, ਫਸਟ ਨੇਮ, ਸਰਨੇਮ, ਤੁਹਾਡਾ ਡੇਟ ਆਫ ਬਰਥ। ਅਤੇ ਇੱਥੇ ਤੁਸੀਂ ਆ ਫੋਟੋ ਆਪਣੀ ਫੋਟੋ ਲਾਉਣੀ ਆ ਜੀ। ਆਹ ਦੇਖੋ ਜੀ ਸਾਰਾ, ਮੈਂ ਤੁਹਾਨੂੰ ਇੱਕ ਵਾਰੀ ਫੋਰਮ ਦਿਖਾ ਦਿੰਦਾ ਜੀ ਵੀ ਕਿੱਦਾਂ ਦਾ। ਆ ਇੱਥੇ ਆ ਤੁਹਾਡੇ ਪਾਸਪੋਰਟ ਦਾ ਆ ਗਿਆ ਜੀ, ਤੁਸੀਂ ਇਹਦੇ 'ਚ ਪਹਿਲੀ ਆਪਸ਼ਨ ਕਰਨੀ ਆਈ ਕਲਿੱਕ, ਇਸ਼ੂ ਡੇਟ ਸਾਰਾ ਹੀ, ਸਾਰੀ ਰਿਕੁਆਇਰਮੈਂਟ ਮੰਗ ਰਹੇ ਹਾਂ। ਇੱਕ ਵਾਰੀ ਮੈਂ ਸਾਰਾ ਤੁਹਾਨੂੰ ਫੋਰਮ ਦਿਖਾ ਦਿੰਦਾ ਜੀ, ਇਹ ਕਾਫੀ ਲੰਬਾ ਹੈ ਫੋਰਮ ਇਹ। ਆਹ ਥੱਲੇ ਆਪਸ਼ਨ ਆ ਗਈਆਂ ਜੀ, ਇਹ ਕੋਈ ਇੰਨਾ ਜ਼ਿਆਦਾ ਹੈਗਾ ਵੀ ਨਹੀਂ ਹੈਗਾ ਜੀ। ਜਿਵੇਂ ਹੁਣ ਮੈਂ ਤੁਹਾਨੂੰ ਫੀਸ ਦੱਸੀ ਆ ਕਿ ਇਹ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ। ਕਈ ਵਾਰੀ ਨਾ ਜਦ ਆਪਾਂ ਏਜੰਟਾਂ ਤੋਂ ਕਰਾਉਂਦੇ ਹਾਂ ਕੰਮ ਤਾਂ ਏਜੰਟ ਕਈ ਵਾਰੀ, ਹੁਣ 116 ਤੁਹਾਡੀ ਹੈਗੀ ਆ ਜੀ ਇਟਾਲੀਅਨ ਯੂਰੋ 'ਚ ਤੁਹਾਡੀ ਫੀਸ 116 ਯੂਰੋ, ਅਤੇ ਇੰਡੀਅਨ 'ਚ ਹੈਗੀ ਤੀ ਮੈਂ ਕਹਿੰਦਾ ਜੀ 9200, ਦੇਖਦੇ ਹਾਂ ਜੀ ਆਪਾਂ ਕਿੰਨੀ ਸੀਗੀ, 9230 ਸੀਗੀ ਇੰਡੀਅਨ ਦੇ ਵਿੱਚ। ਵੀ ਕਈ ਵਾਰੀ ਏਜੰਟ ਵੱਧ ਮੰਗ ਲੈਂਦੇ ਆ, ਤੁਸੀਂ ਪਹਿਲਾਂ ਹੀ ਆਪਣੇ ਅਵੇਅਰ ਰਹੋ ਜੀ। ਇੱਦਾਂ ਆਹ ਆ ਗਈ ਫੀਸ ਉਹ, ਹਾਂ ਜੀ 9230 ਆਪਣੀ ਫੀਸ ਆ, ਅਤੇ ਯੂਰੋਆਂ 'ਚ 116 ਯੂਰੋ ਫੀਸ ਆ। ਅਤੇ ਜਿਹੜੇ ਵੀਰਾਂ ਨੂੰ ਜੀ ਇਹ PDF ਚਾਹੀਦੇ ਹੋਏ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਵਟਸਐਪ 'ਤੇ, ਮੈਂ ਤੁਹਾਨੂੰ ਸੈਂਡ ਕਰ ਦੂੰਗਾ। ਅਤੇ ਤੁਹਾਡਾ ਕੋਈ ਵੀ ਇਹਦੇ ਨਾਲ ਹੋਰ ਰਿਲੇਟਡ ਕੋਈ ਕੁਐਸਚਨ ਹੋਊਗਾ ਤਾਂ ਮੈਨੂੰ ਦੱਸ ਦਿਓ, ਆਪਾਂ ਜਿੰਨਾ ਕੁ ਆਪਾਂ ਨੂੰ ਨੌਲੇਜ ਹੋਊਗੀ ਆਪਾਂ ਤੁਹਾਨੂੰ ਦੱਸਾਂਗੇ। ਅਤੇ ਸਾਰਾ ਤੁਹਾਡੇ ਲਈ ਇਹ ਆਂਸਰ ਇਹ ਦਿੱਤੀਆਂ ਜੀ ਜਿਹੜੇ ਤੁਸੀਂ ਮੈਨੂੰ ਪੁੱਛੇ ਹੋਏ ਸੀਗੇ ਵੀ ਕਿਹੜੇ ਪੇਪਰ ਚਾਹੀਦੇ ਆ, ਕਿੰਨੀ ਫੀਸ ਹੋਊਗੀ। ਇਹ ਸਾਰੇ ਜਿਹੜੇ ਹੁਣ ਆ PDF ਆ, 3-4 PDF ਆ, ਅਤੇ ਜਿਹਨਾਂ ਜਿੱਥੇ ਰੀਐਂਟਰੀ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਅਤੇ ਉਹਦਾ ਵੀ PDF, ਉਹਨਾਂ ਦੇ ਫੋਨ ਨੰਬਰ ਵਗੈਰਾ ਸਾਰੇ ਹੈਗੇ ਆ ਉਹਦੇ PDF ਵਿੱਚ, ਜਿਹੜੇ ਵੀਰਾਂ ਨੂੰ ਲੋੜ ਹੋਈ ਠੀਕ ਆ ਜੀ ਦੱਸ ਦਿਓ। ਅਤੇ ਅੱਜ ਇੰਨੀ ਕੁ ਇਨਫੋਰਮੇਸ਼ਨ ਸੀਗੀ ਜਿਹੜੀ ਇਹ ਫੋਰਮ ਬਾਰੇ, ਆਪਾਂ ਨੇ ਜਿਹੜਾ ਰੀਐਂਟਰੀ ਵੀਜ਼ਾ ਵੀ ਕਿੱਦਾਂ ਅਪਲਾਈ ਕਰਨਾ ਤੁਸੀਂ। ਅਤੇ ਮਿਲਦੇ ਹਾਂ ਜੀ ਤੁਹਾਨੂੰ ਫਿਰ ਹੋਰ ਨੈਕਸਟ ਵੀਡੀਓ 'ਚ, ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ।